ਜਿਨਨੇ ਵੀ ਸਾਡੇ ਦੋਸਤ ਸਾਡੇ YouTube ਚੈਨਲ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਅਸੀਂ ਇੱਕ ਵੀਜ਼ਾ ਅਪਲਾਈ ਕੀਤਾ ਸੀ ਇਹ ਸਾਨੂੰ ਅੱਜ ਵੀਜ਼ਾ ਮਿਲ ਗਿਆ ਆ ਤਾਂ ਆਪਾਂ ਅੱਜ ਇਸ ਵੀਜ਼ੇ ਬਾਰੇ ਗੱਲਬਾਤ ਕਰਾਂਗੇ ਕਿ ਇਹ ਸਾਨੂੰ ਕਿੰਨੇ ਟਾਈਮ ਦੇ ਵਿੱਚ ਮਿਲ ਗਿਆ ਇਹਦੇ ਲਈ ਅਸੀਂ ਕਿਹੜੇ-ਕਿਹੜੇ ਡਾਕੂਮੈਂਟ ਲਾਏ ਸੀ ਤੇ ਇਹਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀ ਜਾਂ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਬਲੀਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਸਾਡੀ ਜਾਣਕਾਰੀ ਤੁਹਾਨੂੰ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਜਰੂਰ ਸ਼ੇਅਰ ਕਰਿਓ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਇਸ ਵੀਜ਼ੇ ਬਾਰੇ ਇਹ ਵੀਜ਼ਾ ਸਾਡੀ ਇੱਕ ਭੈਣ ਦਾ ਆ ਜਿਨੇ ਸਾਡੇ ਨਾਲ ਉਹ ਤਕਰੀਬਨ 2 ਕੁ ਮਹੀਨੇ ਪਹਿਲਾਂ ਕੰਟੈਕਟ ਕੀਤਾ ਸੀ ਕੰਟੈਕਟ ਕਰਨ ਤੋਂ ਬਾਅਦ ਉਹ ਭੈਣ ਨੇ ਸਾਡੇ ਨਾਲ ਸਾਰੀ ਗੱਲਬਾਤ ਸ਼ੇਅਰ ਕੀਤੀ ਕਿ ਵੀਰ ਮੈਂ ਸਾਈਪ੍ਰਸ ਵਿੱਚ ਆਉਣਾ ਚਾਹੁੰਨੀ ਆ ਤਾਂ ਅਸੀਂ ਉਹ ਭੈਣ ਦੇ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਜਿਹੜੇ ਅਸੀਂ ਉਹਦੇ ਡਾਕੂਮੈਂਟ ਮੰਗਾਏ ਸੀ ਤਾਂ ਉਹ ਵੀ ਆਪਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਹ ਕਲੀਅਰ ਕਰ ਦਵਾਂ ਕਿਉਂਕਿ ਸਾਡੇ ਬਹੁਤ ਸਾਰੀਆਂ ਭੈਣਾਂ ਦੇ ਸਾਨੂੰ ਫੋਨ ਕਾਲ ਵੀ ਆਉਂਦੇ ਆ ਕਿ ਬ੍ਰਦਰ ਕਿ ਜੇ ਅਸੀਂ ਸਾਈਪ੍ਰਸ ਦੇ ਵਿੱਚ ਆਉਣਾ ਆ ਤਾਂ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਕਿਉਂਕਿ ਸਾਡੇ ਕੋਲ ਏਜੰਟ ਡਾਕੂਮੈਂਟ ਮੰਗਾਇਆ ਜਾਂ ਪੇਪਰ ਮੰਗਾਇਆ ਪਰ ਜਿਹੜੇ ਆਪਾਂ ਇਸ ਭੈਣ ਦੇ ਵਿਜੇ ਲਈ ਆਪਾਂ ਡਾਕੂਮੈਂਟ ਲਾਈ ਸੀ ਉਹ ਤੁਹਾਡਾ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਦੀ ਪੀਸੀਸੀ ਲਾਈ ਸੀ ਦੋਸਤੋ ਪੀਸੀਸੀ ਜਿਹੜੀ ਉਹਨਾਂ ਦੀ ਲਾਈਸੈਂਸ ਹੈਗੀ ਪੁਲਿਸ ਸਟੇਸ਼ਨ ਵਾਲੀ ਅਸੀਂ ਲਈ ਸੀ ਤੁਸੀਂ ਪਾਸਪੋਰਟ ਆਫਿਸ ਵਾਲੀ ਵੀ ਪੀਸੀਸੀ ਲਾ ਸਕਦੇ ਆ ਜੇ ਪਾਸਪੋਰਟ ਆਫਿਸ ਦੇ ਵਿੱਚ ਤੁਹਾਨੂੰ ਨਹੀਂ ਟਾਈਮ ਮਿਲਦਾ ਜਾਂ ਤੁਹਾਨੂੰ ਪੀਸੀਸੀ ਲੇਟ ਮਿਲਦੀ ਆ ਤਾਂ ਤੁਸੀਂ ਪੁਲਿਸ ਸਟੇਸ਼ਨ ਵਾਲੀ ਵੀ ਲਾ ਸਕਦੇ ਆ ਪਰ ਉਹਦੀ ਸ਼ਰਤ ਇਹ ਆ ਕਿ ਉਸ ਪੀਸੀਸੀ ਦੇ ਉੱਤੇ ਤੁਹਾਡੀ ਫੋਟੋ ਹੋਣੀ ਚਾਹੀਦੀ ਆ ਤਾਂ ਫੋਟੋ ਵੀ ਤੁਹਾਡੀ ਟੈਸਟਡ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਦੋਸਤੋ ਅਸੀਂ ਉਹ ਭੈਣ ਦਾ ਮੈਡੀਕਲ ਕਰਾਇਆ ਸੀ ਤੇ ਮੈਡੀਕਲ ਵੀ ਤੁਸੀਂ ਦੋਸਤੋ ਕਦੇ ਵੀ ਜੇ ਉਹ ਤੁਸੀਂ ਓਨੈਓ ਸਾਈਪ੍ਰਸ ਦੇ ਵਿੱਚ ਤਾਂ ਕਦੇ ਵੀ ਤੁਸੀਂ ਮੈਡੀਕਲ ਫੇਕ ਨਾ ਬਣਾ ਕੇ ਉਹ ਮੈਡੀਕਲ ਆਪਣਾ ਤੁਸੀਂ ਸਹੀ ਬਣਾਓ ਕਿਉਂਕਿ ਜੇ ਤੁਸੀਂ ਫੇਕ ਬਣਾ ਕੇ ਮੈਡੀਕਲ ਓਨੈਓ ਕੱਲ ਉਹ ਇੱਥੇ ਆ ਕੇ ਤੁਹਾਡੀ ਕੋਈ ਵੀ ਮੈਡੀਕਲ ਚ ਪ੍ਰੋਬਲਮ ਆ ਗਈ ਤਾਂ ਉਹ ਨਹੀਂ ਤੁਹਾਨੂੰ ਵਾਪਸ ਹੀ ਇੰਡੀਆ ਰਿਪੋਰਟ ਕਰਨਾ ਆ ਤੁਹਾਡਾ ਇੱਥੇ ਕੋਈ ਵੀ ਉਹ ਵੀਜ਼ਾ ਨਹੀਂ ਲਗਾਉਣਗੇ ਜੇ ਤੁਹਾਨੂੰ ਮੈਡੀਕਲ ਚ ਕੋਈ ਵੀ ਪ੍ਰੋਬਲਮ ਨਾ ਗਈ ਕਾਸੀ ਉਹ ਭੈਣ ਦਾ ਇੱਕ ਮੈਡੀਕਲ ਲਿਆ ਸੀ ਇੱਕ ਪੀਸੀਸੀ ਲਈ ਸੀ ਉਸ ਤੋਂ ਬਾਅਦ ਉਹ ਭੈਣ ਦੀ ਇੱਕ ਫੁੱਲ ਫੋਟੋ ਅਸੀਂ ਮੰਗਾਈ ਸੀਗੀ ਫੁੱਲ ਫੋਟੋ ਉਸ ਤੋਂ ਬਾਅਦ ਉਹ ਭੈਣ ਦੀ ਪਾਸਪੋਰਟ ਦੀ ਕਾਪੀ ਸੀਗੀ ਇਹ ਦੋਸਤੋ ਤਿੰਨੇ ਹੀ ਉਹ ਚੀਜ਼ਾਂ ਪਾਸਪੋਰਟ ਦੀ ਫੋਟੋ ਕਾਪੀ ਪੀਸੀਸੀ ਤੇ ਉਹ ਭੈਣ ਦਾ ਮੈਡੀਕਲ ਦਿੱਲੀੋਂ ਅਸੀਂ ਟੈਸਟਡ ਕਰਾਇਆ ਸੀ ਦਿੱਲੀੋਂ ਟੈਸਟਡ ਕਰਾਉਣ ਤੋਂ ਬਾਅਦ ਜਦੋਂ ਸਾਡੇ ਕੋਲ ਪੇਪਰ ਆਏ ਤੇ ਡੇਢ ਮਹੀਨੇ ਦੇ ਵਿੱਚ ਵਿੱਚ ਉਹ ਭੈਣ ਦਾ ਜਿਹੇ ਵੀਜ਼ਾ ਆਗੇ ਆਪਣੇ ਕੋਲ ਆ ਗਿਆ ਆ ਤਾ ਇਹਦੇ ਵਿੱਚ ਜਿਹੜੀ ਇੰਟਰਵਿਊ ਦੀ ਗੱਲ ਕਰਦੇ ਆ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਸਾਨੂੰ ਇਹ ਵੀ ਗੱਲ ਕਰਦੀਆਂ ਆ ਕਿ ਬ੍ਰਦਰ ਸਾਡੀ ਇੰਟਰਵਿਊ ਹੋਊਗੀ ਜਾਂ ਨਹੀਂ ਹੋਊਗੀ ਜਿਹੜੀ ਇੰਟਰਵਿਊ ਦੀ ਗੱਲ ਆ ਇੰਟਰ ਦਾ ਵੀਜ਼ਾ ਆਇਆ ਆਪਣਾ ਵਿਦਾਊਟ ਇੰਟਰਵਿਊ ਆਇਆ ਮਾਲਕਾ ਨਾ ਸੀ ਕੋਈ ਉਹਦੀ ਇੰਟਰਵਿਊ ਨਹੀਂ ਸੀ ਕਰਾਈ ਪਰ ਹਾਂ ਅਸੀਂ ਜੈਸ ਭੈਣ ਨੇ ਇਸ ਵੀਡੀਓ ਤੇ ਆਉਣਾ ਹੈ ਜਿਸ ਕੰਮ ਵਿੱਚ ਆਉਣਾ ਹੈ ਤਾਂ ਅਸੀਂ ਉਹਦੀ ਇੱਕ ਤੋਂ ਡੇਢ ਮਿੰਟ ਦੀ ਇੱਕ ਵੀਡੀਓ ਮੰਗਵਾਈ ਸੀ ਭੈਣ ਕੋਲ ਜਿਹਦੇ ਵਿੱਚ ਇਹਦੇ ਵਿੱਚ ਇੰਗਲਿਸ਼ ਦੇ ਵਿੱਚ ਆਪਣਾ ਉਹਨੇ ਸਾਰਾ ਵੇਰਵਾ ਦਿੱਤਾ ਸੀ ਆਪਣਾ ਨਾਮ ਦੱਸਿਆ ਸੀ ਆਪਣੀ ਏਜ ਦੱਸੀ ਸੀ ਤੁਸੀਂ ਕਿਹੜੇ ਏਰੀਏ ਤੋਂ ਆ ਪੂਰੇ ਇਕੋ ਨਹੀਂ ਯਾਨੀ ਕਿ ਆਪਾਂ ਨੂੰ ਡੇਢ ਕਮੈਂਟ ਦੀ ਵੀਡੀਓ ਬਣਾ ਕੇ ਸੈਂਡ ਕੀਤੀ ਸੀ ਉਹ ਆਪਾਂ ਮਾਲਕਾਂ ਨੂੰ ਦਿਖਾ ਲਈ ਸੀ ਕਿ ਕੁੜੀ ਪੂਰੀ ਇੰਗਲਿਸ਼ ਜਾਣਦੀ ਆ ਉਹਨੂੰ ਕੋਈ ਵੀ ਆ ਕੇ ਇੱਥੇ ਪ੍ਰੋਬਲਮ ਨਹੀਂ ਹੋਏਗੀ ਤਾਂ ਮਾਲਕਾਂ ਨੇ ਉਹਦੀ ਇੰਟਰਵਿਊ ਨਹੀਂ ਕੀਤੀ ਵਿਦਆਉਟ ਇੰਟਰਵਿਊ ਅੱਜ ਆਪਾਂ ਨੂੰ ਇਹ ਵੀਜ਼ਾ ਮਿਲ ਗਿਆ ਆ ਜਿਹੜੀ ਪੈਸਿਆਂ ਦੀ ਗੱਲ ਆ ਦੋਸਤੋ ਪੈਸੇ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਜਦੋਂ ਪੈਸਿਆਂ ਦੀ ਗੱਲ ਕਰਦੇ ਆ ਤਾਂ ਬਹੁਤ سارے ਦੋਸਤ ਸਾਡੇ ਨਾਲ ਨਰਾਜ ਵੀ ਹੋ ਜਾਂਦੇ ਕਿ ਯਾਰ ਤੁਸੀਂ ਪੈਸਿਆਂ ਦੀ ਗੱਲ ਨਾ ਦੱਸਿਆ ਕਰੋ ਕਿਉਂਕਿ ਸਾਡੇ ਇੱਥੇ ਵੀਰ ਬਹੁਤ ਸਾਰੇ ਕੰਮ ਕਰਦੇ ਆ ਇਸ ਕਰਕੇ ਅਸੀਂ ਪੈਸੇ ਨਹੀਂ ਦੱਸ ਸਕਦੇ ਪਰ ਜਿਹੜਾ ਵੀਜ਼ਾ ਆ ਇਹ ਸਾਡੀ ਭੈਣ ਨੂੰ ਡੇਢ ਕਿ ਮਹੀਨੇ ਦੇ ਵਿੱਚ ਵਿੱਚ ਮਿਲ ਗਿਆ ਆ ਵਿਦਆਊਟ ਇੰਟਰਵਿਊ ਤੋਂ ਤੇ ਜਿਹੜੇ ਅਸੀਂ ਉਹਦੇ ਪੇਪਰ ਲਾਏ ਆ ਪੀਸੀਸੀ ਮੈਡੀਕਲ ਤੇ ਉਹਦੇ ਪਾਸਪੋਰਟ ਦੀ ਕਾਪੀ ਲਾਈ ਆ ਤਾਂ ਦੋਸਤੋ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਇੰਨੀ ਕੁ ਗੱਲਬਾਤ ਕਰਨੀ ਸੀ ਕੋਈ ਅਗਲੀ ਜਾਣਕਾਰੀ ਲੈ ਕੇ ਜਲਦੀ ਆਵਾਂਗੇ ਉਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ